ਇਹ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦਾ ਹੈ। ਬਾਬਾ ਜੀ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਸਨ। ਕਹਿੰਦੇ ਹਨ ਕਿ ਉਹਨਾਂ ਨੇ ਪਹਾੜੀਆਂ ਦੀ ਇੱਕ ਮਰੀ ਹੋਈ ਗਾਂ ਜਿਉਂਦੀ ਕਰ ਦਿੱਤੀ ਸੀ। ਇਸ 'ਤੇ ਗੁਰੂ ਪਿਤਾ ਜੀ ਨੇ ਬੁਰਾ ਬਣਾਇਆ ਅਤੇ ਕਿਹਾ, ਬਾਬਾ ਜੀ ਕਰਾਮਾਤ ਨਾ ਖੈਰ ਦਾ ਹੈ। ਇਸ 'ਤੇ ਬਾਬਾ ਜੀ ਨੇ ਇਸ ਜਗ੍ਹਾ 'ਤੇ ਆ ਕੇ ਆਪਣੇ ਉੱਤੇ ਇੱਕ ਚਾਦਰ ਤਾਣ ਲਈ ਅਤੇ ਆਪਣੇ ਪ੍ਰਾਣ ਤਿਆਗ ਦਿੱਤੇ। ਇਹ ਦਰਗਾਹ ਪੀਰ ਬਾਬਾ ਬੁੱਢਣ ਸ਼ਾਹ ਜੀ ਦੀ ਹੈ। ਸਾਈਂ ਜੀ ਗੁਰੂ ਨਾਨਕ ਦੇਵ ਜੀ ਦੇ ਪਿਆਰੇ ਸੇਵਕ ਸਨ। ਉਹਨਾਂ ਦੀਆਂ ਬੱਕਰੀਆਂ, ਕੁੱਤਾ ਅਤੇ ਸ਼ੇਰ ਇਕੱਠੇ ਹੀ ਰਹਿੰਦੇ ਸਨ। ਇਹ ਗੁਰਦੁਆਰਾ ਚਰਨ ਕਮਲ ਸਾਹਿਬ ਹੈ। ਇਸ ਅਸਥਾਨ 'ਤੇ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਵਿੱਤਰ ਚਰਨ ਪਾਏ ਸਨ। ਪੀਰ ਬੁੱਢਣ ਸ਼ਾਹ ਨੇ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਆਪਣੀਆਂ ਬੱਕਰੀਆਂ ਦਾ ਦੁੱਧ ਚੋ ਕੇ ਭੇਟ ਕੀਤਾ ਸੀ। ਗੁਰੂ ਜੀ ਨੇ ਕਿਹਾ ਸੀ ਕਿ ਅਸੀਂ ਇਹ ਦੁੱਧ ਛੇਵੇਂ ਜਾਮੇ ਵਿੱਚ ਆ ਕੇ ਪੀਵਾਂਗੇ। ਜਦੋਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਸ ਜਗ੍ਹਾ 'ਤੇ ਆਏ ਤਾਂ ਉਹਨਾਂ ਨੇ ਸਾਈਂ ਬੁੱਢਣ ਸ਼ਾਹ ਨੂੰ ਦਰਸ਼ਨ ਦਿੱਤੇ ਅਤੇ ਉਸ ਪਾਸੋਂ ਦੁੱਧ ਪੀਤਾ। ਇਹ ਗੁਰਦੁਆਰਾ ਸੀਸ ਮਹਿਲ ਹੈ। ਇੱਥੇ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ ਰਾਏ ਜੀ ਅਤੇ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੇ ਅਵਤਾਰ ਧਾਰਿਆ ਸੀ ਅਤੇ ਨਾਲ ਹੀ ਗੁਰਦੁਆਰਾ ਕੋਟ ਸਾਹਿਬ ਹੈ, ਜਿੱਥੇ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੂੰ ਗੁਰਗੱਦੀ ਪ੍ਰਾਪਤ ਹੋਈ ਸੀ। ਇਹ ਗੁਰਦੁਆਰਾ ਹਰਿਮੰਦਰ ਸਾਹਿਬ ਜੀ ਹੈ। ਇਸ ਅਸਥਾਨ 'ਤੇ ਸੱਤਵੇਂ ਗੁਰੂ ਜੀ ਦਾ ਨੌਂ ਲੱਖਾ ਬਾਗ ਸੀ। ਇੱਥੇ ਅਨੇਕਾਂ ਜੀਉਂਦੇ ਜਾਨਵਰਾਂ ਦੀ ਪਰਵਰਿਸ਼ ਹੁੰਦੀ ਸੀ। ਇੱਥੋਂ ਹੀ ਖਾਸ ਕਿਸਮ ਦਾ ਹਰੜ ਅਤੇ ਲੌਂਗ ਪ੍ਰਾਪਤ ਹੋਇਆ ਸੀ, ਜਿਸ ਨਾਲ ਦਾਰਾ ਸ਼ਿਕੋਹ ਦੇ ਪੇਟ ਵਿੱਚੋਂ ਸ਼ੇਰ ਦੇ ਮੁੱਛ ਦਾ ਬਾਲ ਨਿਕਲਿਆ ਸੀ। ਇਹ ਗੁਰਦੁਆਰਾ ਪਤਾਲਪੁਰੀ ਹੈ। ਇੱਥੇ ਛੇਵੀਂ ਅਤੇ ਸੱਤਵੀਂ ਪਾਤਸ਼ਾਹੀ ਦਾ ਸੰਸਕਾਰ ਹੋਇਆ ਸੀ। ਫਿਰ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜੀ ਦੇ ਸਰੀਰ ਦੀ ਵਿਭੂਤੀ ਇੱਥੇ ਜਲ ਪ੍ਰਵਾਹ ਕੀਤੀ ਗਈ ਸੀ। ਇਸ ਪਵਿੱਤਰਤਾ ਨੂੰ ਮੁੱਖ ਰੱਖਦੇ ਹੋਏ ਹੁਣ ਸਭ ਸਿੱਖ ਘਰਾਣੇ ਆਪਣੇ ਸੁਰਗਵਾਸ ਹੋਏ ਰਿਸ਼ਤੇਦਾਰਾਂ ਦੇ ਫੁੱਲ ਇੱਥੇ ਹੀ ਸਤਲੁਜ ਘਾਟ 'ਤੇ ਜਲ ਪ੍ਰਵਾਹ